ਕੱਚੇ ਅਧਿਆਪਕਾਂ ਦੀ ਯੂਨੀਅਨ ਨੇ ਇੱਕ ਰੋਸ ਮੁਜ਼ਾਹਰਾ ਕਰ ਦਿੱਤਾ ਗੁਪਤ ਐਕਸ਼ਨ ਕਰ ਦਿੱਤਾ ਗੁਪਤ ਐਕਸ਼ਨ ਕੀਤਾ ਕਿੱਥੇ ਹੈ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਬੀਰਪੁਰ ਹਾਲਾਂਕਿ 1158 ਭਰਤੀ ਪੂਰੀ ਕਰਵਾਉਣ ਦੀ ਖਾਤਰ ਜਿਹੜੇ ਸਿਲੈਕਟਡ ਉਮੀਦਵਾਰ ਨੇ ਸਹਾਇਕ ਪ੍ਰੋਫੈਸਰ ਉਹ ਪਹਿਲਾਂ ਹੀ ਉੱਥੇ ਬੈਠੇ ਨੇ ਇੱਕ ਵੱਡਾ ਕਦਮ ਚੁੱਕ ਲਿਆ ਸੀ ਉਹਨਾਂ ਵਿੱਚੋਂ ਇੱਕ ਸਿਲੈਕਟਡ ਉਮੀਦਵਾਰ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਨੇ ਉਹ ਮਾਮਲਾ ਹਾਲੇ ਠੰਡਾ ਨਹੀਂ ਸੀ ਪਿਆ ਤਾਂ ਹ ਇੱਕ ਹੋਰ ਕੱਚੇ ਅਧਿਆਪਕ ਦੀ ਯੂਨੀਅਨ ਨੇ ਉੱਥੇ ਗੁਪਤ ਐਕਸ਼ਨ ਕਰ ਦਿੱਤਾ ਰ ਸੰਗਰੂਰ ਦੇ ਵਿੱਚ ਵੀ ਮੁੱਖ ਮੰਤਰੀ ਦੀ ਰਹਾਇਸ਼ ਦੇ ਬਾਹਰ ਪਾਣੀ ਵਾਲੀ ਟੈਂਕੀ ਤੇ ਉਹਨਾਂ ਵਿੱਚੋਂ ਸਾਥੀ ਨੇ ਜਿਹੜਾ ਉਹ ਚੜ ਗਿਆ ਟੈਂਕੀ ਦੇ ਉੱਤੇ ਰੋਸ ਮਜਾਰਾ ਕਰ ਰਿਹਾ ਹੈ ਉੱਥੇ ਨਾਹਰੇਬਾਜੀ ਵੀ ਜ਼ਬਰਦਸਤ ਹੋਈ ਹੈ ਤੇ ਪੋਸਟਰ ਚਪਕਾ ਦਿੱਤੇ ਗਏ ਨੇ ਪਿੰਡ ਗਭੀਰਪੁਰ ਦੀਆਂ ਦੀਵਾਰਾਂ ਦੇ ਉੱਤੇ ਤਾਂ ਪੋਸਟਰਾਂ ਦੇ ਵਿੱਚ ਕੀ ਲਿਖਿਆ ਉਹ ਵੀ ਸਾਂਝਾ ਕਰਦੇ ਆਂ ਤੇ ਉੱਥੇ ਜ਼ਬਰਦਸਤ ਤਰੀਕੇ ਨਾਲ ਜਿਹੜੇ ਅਧਿਆਪਕ ਪਹੁੰਚੇ ਨੇ ਔਰ ਨਾਰੇ ਬਾਜੀ ਤੱਕ ਵੀ ਕੀਤੀ ਗਈ। ਹਾਂ, ਗੱਲ ਨਹੀਂ ਸੁਣਦਾ ਮਰਦਾਬਾਦ। ਮਰਦਾਬਾਦ, ਮਰਦਾਬਾਦ। 866 ਅਧਿਆਪਕ ਜਿੰਦਾਬਾਦ। ਜਿੰਦਾਬਾਦ, ਜਿੰਦਾਬਾਦ। ਥੈਂਕ ਯੂ। ਸਿੱਖਿਆ ਪ੍ਰੋਵਾਈਡਰ ਕੱਚੇ ਅਧਿਆਪਕਾਂ ਦੀ ਇਹ ਜਿਹੜੀ ਯੂਨੀਅਨ ਸੀ ਜਿਹੜੀ ਕਿ ਸਮੂਹ 3736 ਕੱਚੇ ਅਧਿਆਪਕ ਪੰਜਾਬ ਜਿਹੜੇ ਕਿ ਮੋਰਚਾ ਲਾਈ ਬੈਠੇ ਨੇ ਖੁਰਾਣਾ ਟੈਂਕੀ ਮੋਰਚਾ ਸੰਗਰੂਰ। ਉਹਨਾਂ ਨੇ ਐਕਸ਼ਨ ਆ ਜਿਹੜਾ ਉਹ ਉੱਥੇ ਜਾ ਕੇ ਕੀਤਾ ਆ ਨੰਦਪੁਰ ਸਾਹਿਬ ਦੇ ਵਿੱਚ ਪੈਂਦਾ ਪਿੰਡ ਆ ਜਿਹੜਾ ਉਸ ਇਲਾਕੇ ਦੇ ਵਿੱਚ ਪਿੰਡ ਗੰਭੀਰਪੁਰ ਜਿਹੜਾ ਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬਹਿਸ ਦਾ ਪਿੰਡ ਹੈ ਉੱਥੇ ਜਿਹੜੇ ਪੋਸਟਰ ਚ ਪਕਾਏ ਗਏ ਨਾਰੇਬਾਜੀ ਵੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਹਾਲਾਂਕਿ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇੱਕ ਅਧਿਆਪਕ ਦੇ ਤੌਰ ਤੇ ਸੇਵਾ ਨਿਭਾਉਣ ਵਾਲੀ ਇੱਕ ਅਧਿਆਪਕਾ ਜਿਹੜੀ ਆ ਉਹ ਨਹਿਰ ਦੇ ਕੰਡੇ ਤੇ ਖੜ ਕੇ ਚੇਤਾਵਨੀ ਦੇ ਰਹੀ ਹੈ ਕਿ ਮੇਰਾ ਜਿਹੜਾ ਬਣਦਾ ਹੱਕ ਹੈ ਕਿਉਂ ਨਹੀਂ ਦਿੱਤਾ ਜਾ ਰਿਹਾ ਜੇਕਰ ਨਹੀਂ ਦਿੱਤਾ ਗਿਆ ਤੇ ਫਿਰ ਕੱਲ ਨੂੰ ਇੱਕ ਵੱਡਾ ਐਕਸ਼ਨ ਹੋਵੇਗਾ ਜਿਸ ਦੇ ਜ਼ਿੰਮੇਵਾਰ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਹੋਣਗੇ ਔਰ ਇੱਕ ਪੋਸਟਰ ਜਿਹੜਾ ਛਪਵਾਇਆ ਗਿਆ ਉਸ ਦੇ ਉੱਤੇ ਮੋਟੇ ਅੱਖਰਾਂ ਚ ਪਹਿਲਾਂ ਲਿਖਿਆ ਗਿਆ ਝੂਠੀ ਹੈ ਝੂਠੀ ਹੈ ਝੂਠੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਝੂਠੀ ਹੈ ਇਹ ਰੋਸ ਦੇ ਵਿੱਚ ਉਹਨਾਂ ਨੇ ਪੋਸਟਰ ਲਿਖ ਦਿੱਤਾ ਜਿਸ ਲਾ ਦਿੱਤਾ ਜਿਸ ਵਿੱਚ ਲਿਖਿਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਪੰਜਾਬ ਸਰਕਾਰ ਜੋ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਜੋਰਾ ਸ਼ੋਰਾ ਨਾਲ ਸੋਸ਼ਲ ਮੀਡੀਆ ਉੱਤੇ ਔਰ ਵੱਡੇ ਵੱਡੇ ਬੋਲਦਿਆਂ ਹੀ ਪ੍ਰਚਾਰ ਕਰ ਰਹੀ ਹੈ ਉਹ ਮਹਿਜ ਇੱਕ ਡਰਾਮਾ ਹੈ ਅਸਲ ਸਚਾਈ ਤਾਂ ਕੋਹਾਂ ਤੋਂ ਦੂਰ ਹੈ 5 ਸਤੰਬਰ 2022 ਨੂੰ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਸੀ 3736 ਕੱਚੇ ਅਧਿਆਪਕ ਪੱਕੇ ਕਰ ਰਹੇ ਹਨ ਜਿਸ ਵਿੱਚ ਸਿੱਖਿਆ ਪ੍ਰੋਵਾਈਡਰ ਆਈ ایਵੀ ਤੇ ਦਫਤਰੀ ਕਰਮਚਾਰੀ ਸ਼ਾਮਲ ਸਨ ਉਸ ਅਪਰੰਤ ਤਿੰਨ ਮੈਂਬਰੀ ਸਬ ਕਮੇਟੀ ਵੀ ਬਣਾਈ ਗਈ ਸੀ ਜਿਸ ਵਿੱਚ ਹਰਜੋਤ ਸਿੰਘ ਬੈਂਸ ਮੰਤਰੀ ਹਰਪਾਲ ਸਿੰਘ ਚੀਮਾ ਮੰਤਰੀ ਗੁਰਮੀਤ ਸਿੰਘ ਮੀਤ ਹੈਰਜੀ ਦੁਆਰਾ ਕਮੇਟੀ ਗਠਿਤ ਕਰਕੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਨਾਮ ਤੇ ਵੈਰੀਫਿਕੇਸ਼ਨ ਸੰਬੰਧੀ ਕੰਮ ਵੀ ਕਰਵਾਇਆ ਗਿਆ ਪਰ ਲੰਗੀ 28 ਜੁਲਾਈ 2023 ਨੂੰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਨਾਮ ਤੇ ਜਿਹੜੇ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਉਹਨਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸੰਬੰਧੀ ਕੋਈ ਪੇ ਸਕੇਲ ਡੀਏ ਅਤੇ ਇੱਕ ਵੀ ਜਿਹੜਾ ਲਾਭ ਨਹੀਂ ਦਿੱਤਾ ਗਿਆ ਜੋ ਇੱਕ ਪੱਕੇ ਰੈਗੂਲਰ ਅਧਿਆਪਕ ਨੂੰ ਮਿਲਣ ਯੋਗ ਹੁੰਦਾ ਹੈ ਇਹ ਮਹਿਜ ਇੱਕ ਤਨਖਾਹ ਵਾਧਾ ਸੀ ਔਰ 5% ਦੀ ਸਾਲਾਨਾ ਇਨਕਰੀਮੈਂਟ ਦੇ ਕੱਚੇ ਅਧਿਆਪਕਾਂ ਨਾਲ ਇੱਕ ਧੋਖਾ ਕੀਤਾ ਗਿਆ ਪਿਛਲੇ 15-15 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਆਪਣੀ ਜ਼ਿੰਦਗੀ ਦਾ ਸੁਨਹਿਰਾ ਸਮਾਂ ਦੇਣ ਉਪਰੰਤ ਵੀ ਪੰਜਾਬ ਦੇ ਕੱਚੇ ਅਧਿਆਪਕ ਆਮ ਆਦਮੀ ਪਾਰਟੀ ਵੱਲੋਂ ਕੀਤੇ ਇਸ ਮਜ਼ਾਕ ਨਾਲ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਜਿਸ ਵਿਰੋਧ ਵਿੱਚ 13 ਜੂਨ 2023 ਨੂੰ ਲਗਾਤਾਰ ਭਗਵੰਤ ਮਾਨ ਦੀ ਸੰਗਰੂ ਰਹਾਇਸ਼ ਦੇ ਨਾਲ ਖੁਰਾਣਾ ਪਿੰਡ ਦੀ ਪਾਣੀ ਵਾਲੀ ਟੈਂਕੀ ਤੇ ਸਿਵਾਵਾ ਰੈਗੂਲਰ ਕਰਵਾਉਣ ਲਈ ਸਾਥੀ ਇੰਦਰਜੀਤ ਸਿੰਘ ਮਾਨਸਾ ਸਿੱਖਿਆ ਪ੍ਰੋਵਾਈਡਰ ਲਗਾਤਾਰ ਡਟੇ ਹੋਏ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹਰਜੂ ਸਿੰਘ ਬੈਂ ਸਿੱਖਿਆ ਮੰਤਰੀ ਪੰਜਾਬ ਵੱਲੋਂ ਕੱਚੇ ਅਧਿਆਪਕ ਨੂੰ ਯੂਨੀਅਨ ਦੀਆਂ ਮੰਗਾਂ ਪੂਰੀਆਂ ਕਰਨ ਸੰਬੰਧੀ ਕੋਈ ਹਾ ਪੱਖੀ ਹੰਗਾਰਾ ਨਹੀਂ ਪਰਿਆ ਇਸ ਦੇ ਉਲਟ ਇੰਦਰਜੀਤ ਸਿੰਘ ਮਾਨਸਾ ਨੂੰ ਪੱਤਰ ਜਾਰੀ ਕਰਕੇ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਲਗਾਤਾਰ ਦੇ ਕੇ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਭੈਣ ਮਨਪ੍ਰੀਤ ਕੌਰ ਸੰਗਰੂਰ ਨੂੰ ਤਨਖਾਹ ਵਾਧੇ ਦੇ ਪੱਤਰ ਜਾਰੀ ਨਾ ਕਰਕੇ ਨੌਕਰੀ ਤੇ ਹਾਜ਼ਰ ਨਹੀਂ ਕਰਵਾਇਆ ਜਾ ਰਿਹਾ ਜਿਸ ਨਾਲ ਭੈਣ ਮਨਪ੍ਰੀਤ ਕੌਰ ਨੂੰ ਮਾਨਸਿਕ ਤੌਰ ਤੇ ਸਿੱਖਿਆ ਮੰਤਰੀ ਪੰਜਾਬ ਹਰਜੂਤ ਸਿੰਘ ਬੈਂਸ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਦੋਸ਼ ਲਾਏ ਜਾ ਰਹੇ ਨੇ ਮੰਤਰੀ ਦੇ ਉੱਤੇ ਕਿਉਂਕਿ ਜਿਸ ਕੋਲ ਜ਼ਿੰਮੇਵਾਰੀ ਹੁੰਦੀ ਹੈ ਖਾਸ ਕਰਕੇ ਕੋਈ ਵੀ ਸਰਕਾਰ ਰਹੀ ਹੋਵੇ ਚਾਹ ਸ਼੍ਰੋਮਣੀ ਕਾਲੀ ਦਲ ਸੀ ਚਾਹ ਕਾਂਗਰਸ ਦੀ ਉਹਨਾਂ ਵੇਲੇ ਜਿਹੜੇ ਜਿਹੜੇ ਸਿੱਖਿਆ ਮੰਤਰੀ ਬਣਦੇ ਰਹੇ ਉਸੇ ਤਰ੍ਹਾਂ ਰੋਸ ਮਜਾਰੇ ਹੁੰਦੇ ਰਹੇ ਤਾਂ ਉਹਨਾਂ ਨੇ ਕਿਹਾ ਕਿ ਸਿਆਮਨਵੀ ਪਾਰਟੀ ਦੇ ਝੂਠੇ ਪ੍ਰਚਾਰ ਦੀ ਪੋਲ ਖੋਲਦੇ ਹੋਏ ਆਪ ਜੀ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਇਸ ਝੂਠੀ ਪਾਰਟੀ ਤੋਂ ਸੁਚੇਤ ਰਹਿਣ ਦੀ ਅਪੀਲ ਕਰਦੇ ਆਂ ਉਹਨਾਂ ਨੇ ਨਾਲ ਤਸਵੀਰਾਂ ਵੀ ਛਾਪੀਆਂ ਹੋਈਆਂ ਨੇ ਜਿਸ ਵਿੱਚ ਵੋਟਾਂ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੀ ਨਜ਼ਰ ਆ ਰਹੇ ਨੇ ਨਾਲ ਔਰ ਨਾਲ ਹੀ ਦੂਜੇ ਪਾਸੇ ਇੱਕ ਤਸਵੀਰ ਆ ਜਿੱਥੇ ਕੱਚੇ ਅਧਿਆਪਕਾਂ ਨੂੰ ਦਾ ਮੁਜ਼ਹਰਾ ਜਿਹੜਾ ਚੱਲ ਰਿਹਾ ਉੱਥੇ ਲਾਠੀ ਚਾਰਜ ਕੀਤਾ ਜਾ ਰਿਹਾ ਤਾ ਇਹ ਪੋਸਟਰ ਜਿਹੜੇ ਨੇ ਉਹ ਪਿੰਡ ਗੰਭੀਰਪੁਰ ਦੇ ਵਿੱਚ ਥਾਂ-ਥਾਂ ਚਪਕਾ ਦਿੱਤੇ ਗਏ ਕੱਚੇ ਅਧਿਆਪਕਾਂ ਦੇ ਵੱਲੋਂ ਤਾਂ ਹੁਣ ਦੇਖਣਾ ਹੋਵੇਗਾ ਇਸ ਮਸਲੇ ਦੇ ਉੱਤੇ ਪ੍ਰਤੀਕਿਰਿਆ ਸਰਕਾਰ ਦੀ ਕੀ ਆਉਂਦੀ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖੁਦ ਕੀ ਬੋਲਦੇ ਨੇ ਹਾਲਾਂਕਿ ਉਹ ਪਹਿਲਾਂ ਵੀ ਕਈ ਤਰ੍ਹਾਂ ਦੇ ਸਵਾਲਾਂ ਵਿੱਚ ਘਿਰ ਗਏ ਸਨ ਹੁਣ ਮੁਸ਼ਕਲ ਹੋਰ ਵੱਡੀ ਦਿਖਾਈ ਦੇ ਰਹੀ ਹੈ ਕਿਉਂਕਿ ਕੱਚੇ ਅਧਿਆਪਕਾਂ ਨੇ ਵੀ ਢੰਗ ਤਰੀਕੇ ਲੱਭ ਰਹੇ ਨੇ ਲੱਭ ਲਏ ਨੇ ਸਰਕਾਰ ਨੂੰ ਸਵਾਲ ਕਰਨ ਦੇ ਕਿਉਂਕਿ ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਕਿ ਸਿੱਖਿਆ ਮੰਤਰੀ ਦੇ ਪਿੰਡ ਜਾ ਕੇ ਪੋਸਟਰ ਚਪਕਾਏ ਜਾਣ ਸਰਕਾਰ ਦੀ ਪੋਲ ਖੋਲਣ ਨੂੰ ਲੈ ਦਾਅਵਾ ਕਰਦੇ ਹੋਏ ਪੋਸਟਰ ਤਾਂ ਸਾਰੀਆਂ ਗੱਲਾਂ ਉਸ ਪੋਸਟਰ ਵਿੱਚ ਜੋ ਲਿਖੀਆਂ ਗਈਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਨੇ ਤੇ ਅਗਲੇ ਅਪਡੇਟ ਤੱਕ ਦੇ ਲਈ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ